ਅੱਜ 46 ਈਅਰਸ ਲਾਈਫ ਦੇ ਕੰਪਲੀਟ ਹੋ ਗਏ ਆ, 46 ਸਾਲ ਮੇਰੀ ਏਜ ਹੋ ਗਈ ਅੱਜ, ਥੈਂਕ ਯੂ। ਅਤੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਿੱਖੀਆਂ, ਕੁਛ ਕਿਤਾਬਾਂ 'ਚ ਪੜ੍ਹੀਆਂ ਸੁਣੀਆਂ, ਅਤੇ ਕੁਛ ਪੇਰੈਂਟਸ ਤੋਂ ਜਾਂ ਆਲੇ ਦੁਆਲੇ ਤੋਂ, ਕੁਛ ਬੁੱਧੀਜੀਵੀਆਂ ਤੋਂ ਗੱਲਾਂ ਬਾਤਾਂ ਸੁਣੀਆਂ। ਅਤੇ ਮੇਰਾ ਮਕਸਦ ਵੀ ਹੁਣ ਇਹੀ ਬਣ ਗਿਆ ਲਾਈਫ 'ਚ ਕਿ ਮੈਂ ਸ਼ੇਅਰ ਕਰਦੇ ਰਹਿਣਾ, ਅਤੇ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਆਲਰੇਡੀ ਸ਼ੇਅਰ ਕੀਤੀਆਂ ਅਤੇ ਹੋਰ ਵੀ ਕਰਨੀਆਂ। ਤਾਂ ਅੱਜ ਮੈਂ ਬਰਥਡੇ 'ਤੇ ਕੁਛ ਦੋ ਤਿੰਨ ਖਾਸ ਅਹਿਸਾਸ ਜਿਹੜੇ ਮੇਰੇ ਜ਼ਿੰਦਗੀ ਦੇ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਜ਼ਿੰਦਗੀ ਦੇ ਵਿੱਚ ਨਾ ਹਮੇਸ਼ਾ ਅਲਾਈਵ ਰਹਿਣਾ, ਮਤਲਬ ਅਲਾਈਵ ਉਹ ਨਹੀਂ ਵੀ ਸਾਹ ਚੱਲਦੇ, ਮਤਲਬ ਆਪਣੀ ਜਿਹੜੀ ਸੋਚ ਆ ਉਹਨੂੰ ਪੂਰੀ ਜ਼ਿੰਦਾ ਦਿਲੀ ਦੇ ਨਾਲ ਜ਼ਿੰਦਗੀ ਨੂੰ ਜੀਣਾ। ਅਤੇ ਬੈਕਗਰਾਊਂਡ ਦੇ ਵਿੱਚ ਨਾ ਇੱਕ ਗਾਣਾ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ, ਜਿਹੜਾ ਇੱਕ ਪੰਜਾਬੀ ਗਾਣਾ ਬੜਾ ਮਸ਼ਹੂਰ ਹੋਇਆ, ਜ਼ਿੰਦਾ ਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ, ਮਸਾਂ ਮਸਾਂ ਤੈਨੂੰ ਇਹ ਮਿਲੀ ਜ਼ਿੰਦਗੀ ਆ। ਅਤੇ ਜੇ ਆਪਾਂ ਲਾਈਫ 'ਚ ਬਹਿ ਗਏ ਢਿੱਲੇ, ਫਿਰ ਉਹ ਬੈਕਗਰਾਊਂਡ 'ਚ ਨਾ ਆਟੋਮੈਟਿਕਲੀ ਇੱਕ ਗਾਣਾ ਵੱਜਣਾ ਸ਼ੁਰੂ ਹੋ ਜਾਂਦਾ, ਉਮੀਦ ਕੀ ਕੋਈ ਸ਼ਮਾ ਜਲਦੀ ਨਹੀਂ, ਕਿਉਂ ਰਾਤ ਇਹ ਗਮ ਕੀ ਮੇਰੇ ਢਲਤੀ ਨਹੀਂ, ਇਹ ਨਹੀਂ ਵੱਜਣ ਦੇਣਾ ਬਿਲਕੁਲ ਗਾਣਾ। ਆਪਾਂ ਗਾਣਾ ਚਲਾਉਣਾ ਪੂਰਾ ਕਾਇਮ ਲਾਈਫ ਦੇ ਵਿੱਚ, ਠੀਕ ਹੈ। ਹੋਰ ਮੈਨੂੰ ਇੱਕ ਅਹਿਸਾਸ ਹੈ ਕਿ ਆਪਾਂ ਇਸ ਧਰਤੀ ਦੇ ਉੱਤੇ ਆਏ ਕਿੱਦਾਂ, ਆਪਣੇ ਪੇਰੈਂਟਸ ਆਪਾਂ ਨੂੰ ਲੈ ਕੇ ਆਏ, ਉਹਨਾਂ ਨੇ ਸੋਚਿਆ ਪਲੈਨ ਕੀਤਾ ਅਤੇ ਆਪਾਂ ਇਸ ਧਰਤੀ 'ਤੇ ਆ ਗਏ। ਸੋ ਆਪਣੇ ਲਈ ਤਾਂ ਰੱਬ ਉਹੀ ਨੇ। ਸੋ ਕਦੀ ਵੀ ਜ਼ਿੰਦਗੀ ਦੇ ਵਿੱਚ ਆਪਣਾ ਜਿਹੜਾ ਸੋਰਸ ਹੈ, ਜਿਨ੍ਹਾਂ ਨੇ ਆਪਾਂ ਨੂੰ ਲਿਆਂਦਾ ਧਰਤੀ 'ਤੇ, ਉਹਨਾਂ ਨੂੰ ਕਦੀ ਵੀ ਇਗਨੋਰ ਨਹੀਂ ਕਰਨਾ, ਅਤੇ ਕਦੀ ਵੀ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਮਨ ਦੇ ਵਿੱਚ ਕਦੀ ਨਹੀਂ ਲੈ ਕੇ ਆਉਣੇ ਆਪਣੇ ਪੇਰੈਂਟਸ ਲਈ, ਕਿਉਂਕਿ ਉਹ ਸਮਝ ਲਓ ਮਾਲਕ ਨੇ ਆਪਣੇ, ਕਿਉਂਕਿ ਉਹੀ ਲੈ ਕੇ ਆਏ ਨਾ। ਸੋ ਹਮੇਸ਼ਾ ਉਹਨਾਂ ਦੇ ਪ੍ਰਤੀ ਤੁਹਾਡਾ ਜਿਹੜਾ ਪਿਆਰ ਹੈ, ਮੁਹੱਬਤ ਹੈ, ਉਹ ਬਣੀ ਰਹਿਣੀ ਚਾਹੀਦੀ ਹੈ। ਸੋ ਕੁਛ ਵੀ ਕੁਰਬਾਨ ਹੈ ਪੇਰੈਂਟਸ ਵਾਸਤੇ ਤਾਂ ਰਾਈਟ। ਅਤੇ ਹੋਰ ਤੁਹਾਨੂੰ ਮੈਂ ਕੀ ਗੱਲ ਦੱਸਾਂ, ਇੱਕ ਮੈਂ ਤੁਹਾਨੂੰ ਛੋਟੀ ਕਹਾਣੀ ਸੁਣਾਉਣਾ ਕਿ ਤੁਸੀਂ ਵੈਸੇ ਕਿਤਾਬਾਂ 'ਚ ਵੀ ਪੜ੍ਹਿਆ, ਧਰਮ ਗ੍ਰੰਥਾਂ 'ਚ ਵੀ ਲਿਖਿਆ ਕਿ ਆਪਾਂ ਨੂੰ ਵੰਡ ਕੇ ਖਾਣਾ ਚਾਹੀਦਾ, ਹੈ ਨਾ। ਸੋ ਕਦੀ ਵੀ ਕੋਈ ਚੀਜ਼ ਤੁਹਾਡੇ ਕੋਲ ਹੈ, ਇਕੱਲੇ ਆਪ ਮੈਂ ਮੇਰਾ ਕਰਨ ਦੀ ਬਜਾਏ ਜੇ ਆਪਾਂ ਵੰਡਣਾ ਸ਼ੁਰੂ ਕਰੀਏ ਤਾਂ ਉਹਦੇ 'ਚ ਮਲਟੀਪਲੀਕੇਸ਼ਨ ਹੋ ਜਾਂਦੀ ਹੈ ਬਹੁਤ। ਇੱਕ ਕਹਾਣੀ ਇੱਦਾਂ ਵੀ, ਇੱਕ ਬੰਦਾ ਨਾ ਇੱਕ ਫਕੀਰ ਦੇ ਕੋਲ ਜਾਂਦਾ ਸੀਗਾ, ਅਤੇ ਫਕੀਰ ਨੇ ਉਹਨੂੰ ਕਿਹਾ, ਕਹਿੰਦਾ ਕਾਕਾ ਤੇਰੀ ਜ਼ਿੰਦਗੀ ਦੇ ਵਿੱਚ ਨਾ ਬਸ ਹੁਣ 20 ਰੋਟੀਆਂ ਲਿਖੀਆਂ ਨੇ। ਉਹ ਬੰਦਾ ਸੋਚਦਾ ਵੀ ਚਲੋ ਫਕੀਰ ਸਾਹਿਬ ਜੋ ਕਹਿ ਰਹੇ ਨੇ ਠੀਕ ਹੀ ਹੋਣਾ। ਅਤੇ ਫਕੀਰ ਉਹਨੂੰ ਨਾ ਆਪਣੇ ਕੋਲੋਂ 20 ਰੋਟੀਆਂ ਦੇ ਦਿੰਦਾ, ਕਹਿੰਦਾ ਵੀ ਇਹ 20 ਰੋਟੀਆਂ ਤੂੰ ਲੈ ਜਾ ਅਤੇ ਜਦੋਂ ਤੂੰ ਖਾ ਲਏਗਾ ਤੂੰ ਪੂਰਾ ਹੋ ਜਾਏਗਾ। ਉਹ ਕਹਿੰਦਾ ਠੀਕ ਹੈ ਜੀ, ਕੋਈ ਗੱਲ ਨਹੀਂ। ਸਬਰ ਬਹੁਤ ਹੁੰਦਾ, ਉਹ ਚਲੇ ਜਾਂਦਾ ਆਪਣੇ ਪਿੰਡ ਰੋਟੀਆਂ ਲੈ ਕੇ, ਅਤੇ ਫਕੀਰ ਵੀ ਆਈਡੀਆ ਲਾਉਂਦਾ ਵੀ 20 ਰੋਟੀਆਂ ਖਾਊਗਾ 3 ਕੁ ਦਿਨਾਂ 'ਚ ਖਾਊਗਾ। ਅਤੇ ਉਹ 3 ਕੁ ਦਿਨ ਬਾਅਦ ਨਾ ਫਕੀਰ ਉਹਦੇ ਪਿੰਡ ਗੇੜਾ ਮਾਰਦਾ, ਸੋਚਦਾ ਵੀ ਪੂਰਾ ਹੋ ਗਿਆ ਹੁਣ ਹੁਣ। ਅਤੇ ਦੇਖਦਾ ਉੱਥੇ ਉਹ ਬੜਾ ਹੱਸਦਾ ਖੇਡਦਾ ਘੁੰਮ ਰਿਹਾ ਹੁੰਦਾ, ਅਤੇ ਉੱਥੇ ਬਹੁਤ ਸਾਰੇ ਲੋਕ ਬੈਠੇ ਹੁੰਦੇ ਆ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਨਾ ਲੰਗਰ ਛਕ ਰਹੇ ਹੁੰਦੇ ਆ। ਅਤੇ ਫਕੀਰ ਕਹਿੰਦਾ ਵੀ ਇਹ ਕਿੱਦਾਂ ਹੋਇਆ? ਕਹਿੰਦਾ ਜੀ ਮੈਂ ਤਾਂ 2 ਰੋਟੀਆਂ ਖਾਧੀਆਂ ਸੀ, ਮੈਂ ਸੋਚਿਆ ਵੀ ਹੁਣ ਜਾਣਾ ਤਾਂ ਹੈ ਹੀ, ਆਪਾਂ ਕਿਉਂ ਇੰਨੀ ਵੇਟ ਕਰਨੀ। ਅਤੇ ਉਹਨੇ ਕਹਿੰਦਾ ਮੈਂ 18 ਰੋਟੀਆਂ ਵੰਡਤੀਆਂ। ਉਹ ਵੰਡਣ ਨਾਲ ਕਹਿੰਦਾ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਰਾਸ਼ਨ ਕਿੱਥੋਂ ਆ ਰਿਹਾ, ਕਿੱਦਾਂ ਇਹ ਭੰਡਾਰੇ ਚੱਲ ਪਏ। ਸੋ ਮੈਨੂੰ ਵੀ ਬੜਾ ਚੰਗਾ ਲੱਗਿਆ ਵੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਸ਼ੇਅਰਿੰਗ ਕਰਨੀ ਚਾਹੀਦੀ ਹੈ, ਨਾ ਸਿਰਫ ਖਾਣ ਪੀਣ ਦੀਆਂ ਚੀਜ਼ਾਂ ਦੀ ਬਟ ਆਪਣੇ ਵਿਚਾਰਾਂ ਦੀ ਵੀ ਸਾਂਝ ਕਰਨੀ ਚਾਹੀਦੀ ਹੈ। ਜੇ ਚੰਗੇ ਵਿਚਾਰ ਤੁਹਾਡੇ ਕੋਲ ਹੋਣ ਉਹਨੂੰ ਸ਼ੇਅਰ ਕਰਦੇ ਰਹੋ, ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਵੀ ਫਾਇਦਾ ਹੋ ਸਕਦਾ। ਸੋ ਵਿਸ਼ ਯੂ ਆਲ ਦਾ ਬੈਸਟ, ਲਵ ਯੂ ਆਲ।